ਇਹ ਤਾਂ ਪਾਈ ਫੋਰ ਐਗਜ਼ਾਮਪਲ ਕਰ ਲੈਨੇ ਆ ਫੋਰ ਐਗਜ਼ਾਮਪਲ ਸੈਕਿੰਡ ਸਮ ਹੈ ਆਪਣੇ ਕੋਲ 2 5 6 ਸਭ ਤੋਂ ਪਹਿਲਾਂ ਅਸੀਂ ਉਹਦੇ ਫੈਕਟਰ ਨਿਕਾਲ ਲਾਂਗੇ ਸਾਨੂੰ ਪਤਾ ਹੈ ਕਿ ਜਿਹੜਾ 6 ਹੈ ਉਹ ਈਵਨ ਟਰਮ ਹੈ ਦੈਟ ਮੀਨ ਸ਼ੁਰੂਆਤ ਕਿੱਥੋਂ ਕਰਾਂਗੇ 2 ਤੋਂ 2 1s ਆ 2 2 2s ਆ 4 ਐਂਡ 2 8s ਆ 16 ਅਗੇਨ 8 ਈਵਨ ਹੈ 2 6 ਆ 12 ਆ 2 4s ਆ 8 ਅਗੇਨ 4 ਈਵਨ 2 3s ਆ 6 2 2s ਆ 4 2 1s ਆ 2 2 6s ਆ 12 ਆ 2 8s ਆ 16 और 2 4s ਆ 8 2 1 2 2s ਆ 4 और 2 1s ਆ 2 ਹੁਣ ਆਪਾਂ ਪੇਅਰਿੰਗ ਦੇਖਣੀ ਹੈ ਮੇਨ ਕਿ ਕਿਹੜਾ ਨੰਬਰ ਹੈ ਜਿਹੜਾ ਤਿੰਨ ਤਿੰਨ ਦੇ ਗਰੁੱਪ ਨਹੀਂ ਬਣਾ ਰਿਹਾ ਦੇਖੋ ਇਹ 2 ਪਹਿਲਾਂ 3 ਦਾ ਗਰੁੱਪ ਕੰਪਲੀਟ ਬਣ ਰਿਹਾ ਔਰ ਇਹ ਵੀ 3 ਦਾ ਗਰੁੱਪ ਕੰਪਲੀਟ ਬਣ ਰਿਹਾ ਬਟ ਇਹ ਜਿਹੜਾ ਗਰੁੱਪ ਆ ਉਹ 2 ਕੰਪਲੀਟ ਨਹੀਂ ਬਣ ਰਿਹਾ ਦੈਟ ਮੀਨ ਸਾਡਾ ਸਮਾਲੈਸਟ ਨੰਬਰ ਕਿਹੜਾ ਹੋਊਗਾ 2 ਜੇ 2 ਨਾਲ ਅਸੀਂ ਇਹਨੂੰ ਮਲਟੀਪਲਾਈ ਕਰ ਦਵਾਂ ਤੇ ਕੀ ਬਣ ਜਾਊਗਾ ਪਰਫੈਕਟ ਕਿਊਬ ਦੈਟ ਮੀਨ ਸਭ ਤੋਂ ਪਹਿਲਾਂ ਅਸੀਂ ਇਹਦੇ ਫੈਕਟਰ ਲਿਖਾਂਗੇ 256 ਕਿਹਦੇ ਇਕੁਅਲ ਹੈ 2 ਮਲਟੀਪਲਾਈ 2 ਮਲਟੀਪਲਾਈ 2 ਮਲਟੀਪਲਾਈ 2 मल्टीप्लाई टू मल्टीप्लाई टू क्योंकि ए पेयर कंप्लीट है तीन तीन का बट इतने एक जिहड़ा 2 है वो नहीं है दैट मीन साडा स्मॉलेस्ट नंबर की आ गया 256 इज नॉट अ परफेक्ट क्यूब बिकॉज 2 इज नॉट अपीयर इन ग्रुप ऑफ threes. Therefore, multiply by 2 to make it perfect cube. That means असी कह सकते हैं कि साडा smallest number जिहड़ा आ वो किन्ना आया 2. हुण असी जे इस नंबर नू 2 नाल मल्टीप्लाई कर देवांगे तो की आ जाऊगा परफेक्ट